ਪਰ ਪੰਜਾਬ ਟੀਵੀ ਦੇਖ ਰਹੇ ਤੁਸੀਂ ਮੈਂ ਹਾਂ ਅਮਿਤ ਕੁਮਾਰ ਵੱਡੀ ਖਬਰ ਹੈ ਵੱਡੀ ਅਪਡੇਟ ਹੈ ਦਰਬਾਰ ਸਾਹਿਬ ਦੇ ਨਜ਼ਦੀਕ ਬੰਬ ਤਬਾਕੇ ਮਾਮਲਿਆਂ ਨੂੰ ਲੈ ਕੇ ਜੋ ਆਈਈਡੀ ਬਲਾਸਟ ਹੋਏ ਨੇ ਉੱਥੇ ਉਸ ਸਬ ਦੇ ਵਿੱਚ ਜਿਹੜੀਆਂ ਗ੍ਰਿਫਤਾਰੀਆਂ ਹੋਈਆਂ ਨੇ ਉਹਨਾਂ ਮੁਲਜ਼ਮਾਂ ਦੀ ਪਹਿਲੀ ਤਸਵੀਰ ਸਾਹਮਣੇ ਆਈ ਹੈ ਦੋ ਮੁਲਜ਼ਮਾਂ ਦੀ ਪਹਿਲੀ ਤਸਵੀਰ ਸਾਹਮਣੇ ਆਈ ਹੈ ਇਹ ਦਾਵਾ ਕੀਤਾ ਜਾ ਰਿਹਾ ਐਸਜੀਪੀਸੀ ਦੇ ਵੱਲੋਂ ਕਿ ਇਹ ਦੋ ਮੁਲਜ਼ਮ ਜਿਹੜੇ ਅਸੀਂ ਫੜ ਕੇ ਦਿੱਤੇ ਨੇ ਉਹ ਦਿਖਾਉਣ ਨੂੰ ਦਿਖਾਉਣਿਆ ਜੋ ਕਿ ਸ਼੍ਰੀ ਗੁਰੂ ਰਾਮਦਾਸ ਸਰਾ ਦੇ ਵਿੱਚ ਚਲਦੇ ਹੋਏ ਤੁਰਦੇ ਹੋਏ ਹੱਸਦੇ ਖੇਡਦੇ ਹੋਏ ਦਿਖਾਈ ਦਿੱਤੇ ਪਹਿਲੀ ਤਸਵੀਰ ਤੁਹਾਨੂੰ ਦਿਖਾ ਰਿਹਾ ਹਾਂ ਪ੍ਰੋ ਪੰਜਾਬ ਟੀਵੀ ਦੇ ਉੱਤੇ ਇਹਨਾਂ ਮਲਜ਼ਮਾਂ ਦੀ ਜਿਨ੍ਹਾਂ ਨੂੰ ਹਿਰਾਸਤ ਦੇ ਵਿੱਚ ਲੈ ਕੇ ਐਸਜੀਪੀਸੀ ਦੇ ਵੱਲੋਂ ਪੰਜਾਬ ਪੁਲਿਸ ਨੂੰ ਸੌਂਪ ਦਿੱਤਾ ਗਿਆ ਥੋੜੇ ਸਮੇਂ ਬਾਅਦ ਪ੍ਰੈਸ ਕਾਨਫਰੰਸ ਕੀਤੀ ਜਾਏਗੀ ਇਹ ਦੋ ਸ਼ਖਸ ਨੇ ਜੋ ਫੜੇ ਗਏ ਨੇ ਜਿਨ੍ਹਾਂ ਨੂੰ ਮਲਜ਼ਮ ਮੰਨਿਆ ਜਾ ਰਿਹਾ ਹੈ ਇਹਨਾਂ ਨੂੰ ਫੜਿਆ ਗਿਆ ਟਰੇਸ ਕਰਕੇ ਵੱਖਰੇ ਵੱਖਰੇ ਸੀਸੀਟੀਵੀ ਇਸ ਦੇ ਜ਼ਰਗੇ ਟਰੇਸ ਕਰਕੇ ਇਹਨਾਂ ਨੂੰ ਟਰੈਕ ਕੀਤਾ ਗਿਆ ਤੇ ਇਹ ਬੰਬ ਰੱਖ ਕੇ ਆ ਕੇ ਸੌ ਜਾਂਦੇ ਨੇ ਹਾਲ ਦੇ ਵਿੱਚ ਹੀ ਸੌ ਜਾਂਦੇ ਨੇ ਤੇ ਬਾਅਦ ਦੇ ਵਿੱਚ ਐਸਜੀਪੀਸੀ ਦੇ ਜੋ ਸੁਰੱਖਿਆ ਕਰਮੀ ਨੇ ਜੋ ਸਾਰੇ ਮੋਨਿਟਰਿੰਗ ਕਰਦੇ ਨੇ ਸੀਸੀਟੀਵੀਜ਼ ਦੀ ਉਹਨਾਂ ਦੇ ਵੱਲੋਂ ਇਹਨਾਂ ਨੂੰ ਟਰੈਕ ਕੀਤਾ ਗਿਆ ਤੇ ਇਹ ਬੰਬ ਉੱਥੇ ਪਲਾਟ ਕਰਕੇ ਆ ਕੇ ਸੌ ਜਾਂਦੇ ਨੇ ਸਰਾ ਦੇ ਹਾਲ ਦੇ ਵਿੱਚ ਆ ਕੇ ਸੌ ਜਾਂਦੇ ਨੇ ਜਿੱਥੇ ਵਾਧੂ ਸੰਗਤ ਵੀ ਸੁੱਤੀ ਹੋਈ ਹੈ ਇਸ ਤੋਂ ਇਲਾਵਾ ਇੱਕ ਚਸ਼ਮਦੀਦ ਵੀ ਬੋਲੇ ਨੇ ਚਸ਼ਮਦੀਦ ਦਾ ਕਹਿਣਾ ਹੈ ਕਿ ਤਕਰੀਬਨ 12 9 10 ਤੇ ਤੁਮਾਕਾ ਹੁੰਦਾ ਹੈ ਤੇ ਉਸ ਤੋਂ ਬਾਅਦ ਐਸਜੀਪੀਸੀ ਦੇ ਮੁਲਾਜ਼ਮ ਆਉਂਦੇ ਨੇ ਥੋੜੀ ਦੇਰ ਬਾਅਦ ਤੁਮਾਕਾ ਤੁਮਾਕੇ ਦੀ ਆਵਾਜ਼ ਜ਼ਿਆਦਾ ਹੁੰਦੀ ਹੈ ਤੇ ਐਸਜੀਪੀਸੀ ਦੇ ਮੁਲਾਜ਼ਮ ਆਉਂਦੇ ਨੇ ਤੇ ਕਮਰਾ ਨੰਬਰ 225 ਦੇ ਵਿੱਚੋਂ ਇੱਕ ਮੁੰਡਾ ਤੇ ਇੱਕ ਕੁੜੀ ਨੂੰ ਲੈ ਕੇ ਜਾਂਦੇ ਨੇ ਬਾਹਰ ਉਹਨਾਂ ਨੂੰ ਲੱਗਦਾ ਹੈ ਕਿ ਮਾਮਲਾ ਪਹਿਲਾਂ ਆਮ ਹੋਣਾ ਪਰ ਬਾਅਦ ਦੇ ਵਿੱਚ ਇਹ ਗੱਲ ਵੀ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਉਹਨਾਂ ਦੇ ਕੋਲੋਂ ਬੰਬ ਬਰਾਮਦ ਹੋਏ ਨੇ ਇਹ ਗੱਲ ਚਸ਼ਮਦੀਦ ਹੋਰਾਂ ਨੇ ਦੱਸੀ ਹੈ ਤੇ ਇਹ ਫੋਟੋ ਪਹਿਲੀ ਫੋਟੋ ਹੈ ਜੋ ਸ਼੍ਰੀ ਗੁਰੂ ਰਾਮਦਾਸ ਸਰਾਹ ਦੇ ਵਿੱਚ ਰੁਕੇ ਹੋਏ ਸੀ ਸਿੱਖੀ ਸਰੂਪ ਦੇ ਵਿੱਚ ਨੇ ਇਹ ਦੋਵੇਂ ਨੌਜਵਾਨ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਐਸਜੀਪੀਸੀ ਦੇ ਵੱਲੋਂ ਇਹਨਾਂ ਨੂੰ ਕਾਬੂ ਕੀਤਾ ਗਿਆ ਇਹਨਾਂ ਨੂੰ ਟਰੈਕ ਕਰਕੇ ਇਹਨਾਂ ਦੀ ਲੋਕੇਸ਼ਨ ਤੋਂ ਇਹ ਮੂਵਮੈਂਟ ਕਰ ਰਹੇ ਸੀ ਪਹਿਲਾਂ ਸਰਾਹ ਦੇ ਪਿੱਛੇ ਜਾਂਦੇ ਸੀ ਤੇ ਫਿਰ ਉਸ ਤੋਂ ਬਾਅਦ ਵਾਸ਼ਰੂਮ ਦੇ ਵਿੱਚ ਜਾ ਕੇ ਬਾਹਰ ਆਉਂਦੇ ਨੇ ਤੇ ਉੱਥੇ ਜਾ ਕੇ ਫਿਰ ਜਾ ਜਾਂਦੇ ਨੇ ਵਾਸ਼ਰੂਮ ਚੈੱਕ ਕੀਤਾ ਜਾਂਦਾ ਵਾਸ਼ਰੂਮ ਸੁੱਕਾ ਹੁੰਦਾ ਯਾਨੀ ਕਿ ਪਾਣੀ ਦੀ ਵਰਤ ਵਾਸ਼ਰੂਮ ਦੇ ਵਿੱਚ ਨਹੀਂ ਹੁੰਦੀ ਸ਼ੱਕ ਦੀ ਰਡਾਰ ਦੇ ਵਿੱਚ ਇਹ ਦੋਵੇਂ ਜਾਣੇ ਆਉਂਦੇ ਨੇ ਤੇ ਉਸ ਤੋਂ ਬਾਅਦ ਹਾਲ ਦੇ ਵਿੱਚ ਜਾ ਕੇ ਸੌਂ ਜਾਂਦੇ ਨੇ ਮੁਲਾਜ਼ਮ ਪੂਰੀ ਪ੍ਰੋਪਰ ਸੀਸੀਟੀਵੀ ਖੰਗਾਲ ਕੇ ਇਹਨਾਂ ਨੂੰ ਫਿਰ ਹਿਰਾਸਤ ਦੇ ਵਿੱਚ ਲੈਂਦੇ ਨੇ ਤੇ ਬਾਅਦ ਵਿੱਚ ਪੰਜਾਬ ਪੁਲਿਸ ਜਿਹੜੀ ਮੌਕੇ ਤੇ ਪਹੁੰਚਦੀ ਹੈ ਇਹਨਾਂ ਨੂੰ ਗ੍ਰਿਫਤਾਰ ਕਰ ਲਈ ਜਾਂਦੀ ਹੈ ਉਸ ਤੋਂ ਬਾਅਦ ਚਸ਼ਮਦੀਦ ਜਿਹੜੇ ਮੌਕੇ ਤੇ ਮੌਜੂਦ ਹੁੰਦੇ ਨੇ ਜਿਹੜੇ ਨਤਮਸਤਕ ਹੋਣ ਦੇ ਲਈ ਦਰਬਾਰ ਸਾਹਿਬ ਆਏ ਹੁੰਦੇ ਨੇ ਤੇ ਸਰਾ ਦੇ ਵਿੱਚ ਆਰਾਮ ਕਰ ਰਹੇ ਹੁੰਦੇ ਨੇ ਉਹਨਾਂ ਦੇ ਮੁਤਾਬਿਕ ਜਰੂਰ ਧਮਾਕਾ ਹੁੰਦਾ ਧਮਾਕੇ ਤੋਂ ਬਾਅਦ ਥੋੜੀ देर ਬਾਅਦ ਪੁਲਿਸ ਆਉਂਦੀ ਆ 225 ਨੰਬਰ ਕਮਰੇ ਦੇ ਵਿੱਚੋਂ ਇੱਕ ਮੁੰਡੇ ਤੇ ਇੱਕ ਕੁੜੀ ਨੂੰ ਜੋ ਕਿ ਨਵ ਵਿਆਇਆ ਜੋੜਾ ਸੀ ਉਹਨਾਂ ਨੂੰ ਗ੍ਰਿਫਤਾਰ ਕਰਦੀ ਐ ਤੇ ਚਰਚਾ ਦੋ ਇਹ ਚੱਲ ਪੈਂਦੀ ਐ ਕਿ ਇਨਾਂ ਦੋਵਾਂ ਦੇ ਕੋਲੋਂ ਬੰਬ ਨੇ ਇਨਾਂ ਦੋਵਾਂ ਦੇ ਕੋਲ ਬੰਬ ਸੀ ਤੇ ਇਨਾਂ ਦੋਵਾਂ ਨੂੰ 225 ਨੰਬਰ ਕਮਰੇ ਤੋਂ ਗ੍ਰਿਫਤਾਰ ਕੀਤਾ ਗਿਆ ਚਸ਼ਮਦੀਦ ਨੇ ਤੁਹਾਨੂੰ ਸੁਣਾ ਦਿੰਨੇ ਆ ਕਿ ਚਸ਼ਮਦੀਦ ਦਾ ਕੀ ਕਹਿਣਾ ਸੀ ਉਹਨੇ ਆਪਣੇ ਅੱਖੀ ਡਿੱਟਿਆ ਹਾਲ ਕਿਵੇਂ ਸੁਣਾਇਆ ਉਹ ਤੁਹਾਨੂੰ ਸੁਣਾਉਣੇ ਆ मेरा नाम स्वर्णपाल पाल सिंह है, है। तो जी पे थे क्या पे? ऐसे है कि रात को मैं इसी शराह में रात को रुका था तो को, सब कुछ नॉर्मल चल रहा था रात को एक बहुत जोर का धमाका हुआ और उस धमाके को सुनकर मैं उठा और मैंने टाइम देखकर रात को लगभग बारह बज के दस मिनट का टाइम था और सारा ठीक गुजरी और सुबह कुछ पुलिस वाले आए तो उन्होंने कमरा नंबर 225 से एक लड़का और एक लड़की को जो है वो बरामद किया तो मैंने सोचा कोई शायद दूसरा कोई नॉर्मल मामला होगा बाद में पता लगा तो उनके पास से बम बरामद हुए ये मैंने देखा जी देखा वगैरह कुछ वैसा तो नहीं जी ऐसा कुछ नहीं थैंक यू मेरा नाम स्वर्ण पाल सिंह है ऐसे है कि रात को मैं इसी सराह में रात को रुका था तो कोई सब कुछ को नॉर्मल चल रहा था रात को एक बहुत जोर का धमाका हुआ और उस धमाके को सुनकर मैं उठा और मैंने टाइम देखकर रात को लगभग बारह बज के दस मिनट का टाइम था और रात ठीक गुजरी और सुबह कुछ पुलिस वाले आए तो उन्होंने कमरा नंबर 225 से एक लड़का और एक लड़के को जो है वो बरामद किया तो मैंने सोचा कोई शायद दूसरा कोई नॉर्मल मामला होगा बाद में पता लगा तो उनके पास से बम बरामद हुए हैं ये मैंने देखा जी तो आपने कुछ देखा कोई हुआ कुछ को तो देखा नहीं जी ऐसा कुछ नहीं हुआ बरामद हुआ मेरा नाम स्वर्णपाल पाल सिंह है